ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ। ਜੇਕਰ ਤੁਸੀਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਵੀਡੀਓ ਨੂੰ ਕਰ ਦੇਣਾ ਲਾਈਕ ਅਤੇ ਸ਼ੇਅਰ। ਤਾਂ ਦੋਸਤੋ, ਜਿਵੇਂ ਕਿ ਤੁਹਾਨੂੰ ਥੰਬਨੇਲ ਦੇ ਵਿੱਚ ਦਿਖਾਈ ਦੇ ਰਿਹਾ, ਪੀ ਐੱਸ ਟੈਟ 2024 ਵੱਡੀ ਖੁਸ਼ਖਬਰੀ, ਨਹੀਂ ਦੇਣਾ ਪਵੇਗਾ ਪੀ ਐੱਸ ਟੈਟ। ਤਾਂ ਤੁਸੀਂ ਇਸ ਵੀਡੀਓ ਨੂੰ ਇੱਕ ਵਾਰ ਜ਼ਰੂਰ ਦੇਖੋਗੇ, ਪਰ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਇੱਥੇ ਤੁਸੀਂ ਆਪਣਾ ਦਿਮਾਗ ਵੀ ਥੋੜ੍ਹਾ ਜਿਹਾ ਲਾਉਣਾ ਹੁੰਦਾ ਹੈ, ਕਿਉਂਕਿ ਦੋਸਤੋ ਅਜਿਹੀਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਜਿਹੜੀਆਂ ਕਿ ਫੇਕ ਹੁੰਦੀਆਂ ਨੇ ਅਤੇ ਲੋਕ ਸਿਰਫ ਵਿਊ ਲੈਣ ਦੇ ਵਾਸਤੇ ਪਾਉਂਦੇ ਨੇ। ਤਾਂ ਇਹ ਵੀ ਕਿਸੇ ਸੱਜਣ ਮਿੱਤਰ ਨੇ ਮੈਨੂੰ ਸਕਰੀਨਸ਼ੋਟ ਲੈ ਕੇ ਭੇਜਿਆ ਕਿ ਇਹ ਖਬਰ ਸੱਚੀ ਹੈ ਜਾਂ ਝੂਠੀ, ਕਿ ਹੁਣ ਪੀ ਐੱਸ ਟੈਟ ਨਹੀਂ ਦੇਣਾ ਪਵੇਗਾ। ਤਾਂ ਦੋਸਤੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆਂ, ਪੀ ਐੱਸ ਟੈਟ ਦਾ ਆਲਰੇਡੀ ਨੋਟਿਸ ਆ ਚੁੱਕਿਆ, ਜਿਹੜਾ ਪੇਪਰ ਹੋਣਾ ਮਈ ਦੇ ਵਿੱਚ, ਤਾਂ ਪੀ ਐੱਸ ਟੈਟ ਸਭ ਨੂੰ ਦੇਣਾ ਜ਼ਰੂਰੀ ਹੈ। ਸੋ ਦੋਸਤੋ, ਅਜਿਹੇ ਚੈਨਲਾਂ 'ਤੇ ਨਾ ਜਾਇਆ ਕਰੋ ਜਿਹੜੇ ਕਿ ਝੂਠ ਫੈਲਾਉਂਦੇ ਨੇ। ਸੋ ਅਜਿਹੇ ਚੈਨਲਾਂ ਤੋਂ ਬਚ ਕੇ ਰਹੋ, ਕਿਉਂਕਿ ਅੱਜ ਕੱਲ੍ਹ ਹਰ ਕੋਈ ਹੀ ਇੱਕ ਮੋਬਾਈਲ ਫੜ ਕੇ ਯੂਟਿਊਬਰ ਬਣ ਜਾਂਦਾ ਹੈ ਅਤੇ ਨਿਊਜ਼ ਦੇਣ ਲੱਗ ਜਾਂਦਾ ਹੈ। ਨਿਊਜ਼ ਸਹੀ ਹੋਵੇ ਜਾਂ ਗਲਤ, ਉਹਨਾਂ ਨੂੰ ਫਰਕ ਨਹੀਂ ਪੈਂਦਾ। ਸੋ ਦੋਸਤੋ, ਤੁਸੀਂ ਆਪਣੇ ਚੈਨਲ 'ਤੇ ਦੇਖੋ, ਕੋਈ ਵੀ ਤੁਹਾਨੂੰ ਇਰਰੈਲੀਵੈਂਟ ਜਾਂ ਕੋਈ ਫੇਕ ਖਬਰ ਨਹੀਂ ਮਿਲੇਗੀ। ਸੋ ਦੋਸਤੋ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਇਸ ਚੈਨਲ ਨੇ ਜਿਹੜੀ ਵੀਡੀਓ ਪਾਈ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਇਹ ਜ਼ਰੂਰ ਦੱਸਣਾ। ਧੰਨਵਾਦ ਜੀ।